ਸਕਿਨ ਲਾਈ ਕੀ ਕਹਿਣਾ ਚਾਹੁੰਦੇ ਸੀ ਸਿਹਤ ਵਿਭਾਗ ਤੋਂ ਜੀ ਨਾਲੇ ਮੈਂ ਜੀ ਦੋ ਬੁਰਕੀਆਂ ਮੂੰਹ 'ਚ ਪਈਆਂ ਸੀ ਜੀ ਇਸ ਕਰਕੇ ਹੁਣੇ ਲਾਇਆ ਦੋ ਬੁਰਕੀਆਂ ਤੁਸੀਂ ਤਾਂ ਸਰ ਹੋਰ ਨੂੰ ਸਿੱਖਿਆ ਦਿੰਦੇ ਹੋ ਸਿਹਤ ਵਿਭਾਗ ਤੋਂ ਜੀ ਬਿਲਕੁਲ ਸਭ ਨੂੰ ਮਾਸਕ ਲਾਉਣਾ ਚਾਹੀਦਾ ਜੀ ਇਹ ਸਾਡੀ ਹੀ ਸੁਰੱਖਿਆ ਲਈ ਹੈ ਪਰ ਸਿਹਤ ਵਿਭਾਗ ਦੇ ਬੰਦੇ ਜੇ ਠੀਕ ਰਹਿਣਗੇ ਤਾਂ ਤੁਹਾਡਾ ਸਾਰਿਆਂ ਦਾ ਖਿਆਲ ਰੱਖਣਗੇ ਇਸ ਲਈ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਔਰ ਸਭ ਨਾਲ ਰਲ ਮਿਲ ਕੇ ਇਹ ਜੋ ਵੀ ਕੋਵਿਡ ਮਹਾਮਾਰੀ ਦਾ ਸਮਾਂ ਹੈ ਮਿਲ ਕੇ ਕੱਢਣਾ ਚਾਹੀਦਾ ਢਾਬੇ ਹੀ ਬੰਦ ਨੇ ਹੁਣ ਅਸੀਂ ਕੀ ਕਰੀਏ ਸਾਰਾ ਦਿਨ ਸਾਡਾ ਟਾਈਮ ਨਹੀਂ ਪਾਸ ਹੁੰਦਾ ਹੁਣ ਅਸੀਂ ਕਿੱਥੇ ਜਾਈਏ ਅਸੀਂ ਘੰਟਾ ਦੁਕਾਨ ਸਵੇਰੇ ਪਰੌਂਠੇ ਬਣਾਉਂਦੇ ਹਾਂ ਵਿਕਦੇ ਨਹੀਂ ਕੰਮ ਹੈ ਨਹੀਂ ਸਵੇਰੇ ਅਸੀਂ 25-30 ਪਰੌਂਠੇ ਸਵੇਰ ਦੇ ਬਣਾਏ ਹੋਏ ਹੈ ਸਾਰੇ 5-4 ਪਰੌਂਠੇ ਵਿੱਚੋਂ ਲੱਗੇ ਨੇ ਦੱਸੋ ਗਾਹਕ ਵੀ ਨਹੀਂ ਹੈ ਅਸੀਂ ਕੀ ਕਰੀਏ ਤੁਸੀਂ ਕੀ ਚਾਹੁੰਦੇ ਹੋ ਲੋਕਡਾਊਨ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਸ਼ਨੀ ਐਤਵਾਰ ਦਾ ਲੋਕਡਾਊਨ ਲੱਗਣਾ ਚਾਹੀਦਾ ਜੀ ਲੋਕਡਾਊਨ ਨਹੀਂ ਲੱਗਣਾ ਚਾਹੀਦਾ ਜੀ ਇਹਦੇ ਨਾਲ ਦੁਕਾਨਦਾਰੀ ਖਰਾਬ ਹੁੰਦੀ ਹੈ ਅਤੇ ਹੋਰ ਦੁਨੀਆ ਸਾਰੀ ਹਰਾਸਮੈਂਟ ਹੁੰਦੀ ਹੈ ਜਿਹੜੇ ਪੱਕੇ ਗਾਹਕ ਨੇ ਉਹ ਕੀ ਕਰਨ ਕਿੱਥੇ ਜਾਣ ਉਹਨਾਂ ਦੇ ਕੰਮ ਕਾਰ 'ਤੇ ਨਹੀਂ ਜਾ ਸਕਦਾ ਅਗਲਾ ਕਿ ਕਿਹੜੇ ਪਾਸੇ ਜਾ ਇਸ ਕਰਕੇ ਲੋਕਡਾਊਨ ਨਹੀਂ ਲੱਗਣਾ ਚਾਹੀਦਾ ਸ਼ਨੀ ਅਤੇ ਐਤਵਾਰ ਦਾ ਤਾਂ ਜੋ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਗਾਹਕ ਆ ਸਕਣ ਕੰਮ ਸਾਡਾ ਚੱਲ ਸਕੇ ਢਾਬੇ ਬੰਦ ਨੇ ਤੁਹਾਨੂੰ ਇਹਦੇ ਨਾਲ ਕੋਈ ਨੁਕਸਾਨ ਹੈ ਕਿਸ ਤਰ੍ਹਾਂ ਹੋਇਆ ਸਾਨੂੰ ਬਹੁਤ ਵੱਡਾ ਨੁਕਸਾਨ ਹੈ ਜੀ ਸਾਡਾ ਕੰਮ ਖਰਾਬ ਹੋ ਰਿਹਾ ਡੇਲੀ ਵਾਲੇ ਗਾਹਕ ਖਰਾਬ ਹੋ ਰਹੇ ਹੈ ਸਾਡਾ ਸਾਰਾ ਸਰਕਲ ਖਰਾਬ ਹੈ ਦੁਕਾਨ ਦਾ ਘਰ ਦਾ ਸਾਰਾ ਬਿਜ਼ਨਸ ਖਤਮ ਹੋਇਆ ਹੋਇਆ ਇੱਕ ਤਰ੍ਹਾਂ ਦਾ ਹੁਣ ਅਸੀਂ ਕੀ ਕਰੀਏ ਹੁਣ ਬਸ ਆਪਣੀ ਯੋਗੀ ਬਸ ਮਾੜੀ ਮੋਟਾ ਖਰਚਾ ਚੱਲ ਰਿਹਾ ਬਾਕੀ ਘਰ ਦਾ ਖਰਚਾ ਸਭ ਸਿਸਟਮ ਖਰਾਬ ਹੋਇਆ ਅਸੀਂ ਇਹੀ ਕਹਿੰਦੇ ਹਾਂ ਜੀ ਵੀ ਸ਼ਨੀਵਾਰ ਐਤਵਾਰ ਦਾ ਲੋਕਡਾਊਨ ਨਾ ਲੱਗੇ ਦੁਕਾਨਾਂ ਖੋਲ੍ਹੀਆਂ ਜਾਣ ਤਾਂ ਜੋ ਘਰ ਦਾ ਖਰਚਾ ਚੱਲ ਸਕੇ ਦੁਕਾਨ ਦਾ ਖਰਚਾ ਫਿਰ ਚੱਲ ਸਕੇ ਤਾਂ ਜੋ ਅਸੀਂ ਆਪਣੇ ਪਰਿਵਾਰ ਨੂੰ ਦੇਖ ਸਕੀਏ ਸਰ ਨਹੀਂ ਲੱਗਿਆ ਗਲਤੀ ਹੋ ਗਈ ਸਰ ਨਹੀਂ ਨਹੀਂ ਗਲਤੀ ਮਤਲਬ ਗਾੜੀ ਮੈਂ ਬੈਠੇ ਮੈਂ ਨਹੀਂ ਲੱਗਿਆ ਗਲਤੀ ਹੋ ਗਈ ਸਰ ਮਾਸਕ ਨੂੰ ਪਾਲਣ ਵਾਸਤੇ ਕਹਿ ਰਿਹਾ ਜੀ ਮਾਸਕ ਪਾ ਕੇ ਰੱਖੋ ਭਾਈ ਇਸ ਬਿਮਾਰੀ ਤੋਂ ਮਾੜੀ ਬਿਮਾਰੀ ਤੋਂ ਬਚੋ ਜੋ ਕੋਈ ਕਾਨੂੰਨ ਦੀ ਲੰਘਣਾ ਕਰਦਾ ਤਾਂ ਕੀ ਉਹਦਾ ਚਲਾਨ ਭਰਿਆ ਜਾਂਦਾ ਜੀ ਸਾਡੇ ਕੋਲ ਜਿੰਨਾ ਗਵਰਨਮੈਂਟ ਨੇ ਰੱਖਿਆ ਹੋਇਆ ਜੀ ਹੋਰ ਵੀ ਕੋਈ ਇਸ ਤਰ੍ਹਾਂ ਕੋਈ ਮੈਡੀਕਲ ਸਹੂਲਤ ਵਾਸਤੇ ਜਾ ਰਹੇ ਮੈਡੀਕਲ ਜਿਹਦੇ ਕੋਲ ਮਾਸਕ ਨਹੀਂ ਹੁੰਦਾ ਅਸੀਂ ਮਾਸਕ ਵੰਡਦੇ ਹਾਂ ਜੀ ਅਤੇ ਬਾਕੀ ਸੈਨੇਟਾਈਜ਼ਰ ਕਰਾਉਂਦੇ ਹਾਂ ਹੱਥ ਵੀ ਜਿੰਨੇ ਕੁ ਸਾਡੇ ਤੋਂ ਹੁੰਦਾ ਉਹਨਾਂ ਕਰ ਰਹੇ ਹਾਂ